ਪੰਜਾਬ ਦੀ ਸਿਆਸਤ ਦੇ ਅੰਦਰ ਇਹਨੇ ਦਿਨੀ ਸ਼੍ਰੋਮਣੀ ਅਕਾਲੀ ਦਲ ਦੇ ਅੰਦਰੂਨੀ ਕਲੇਸ਼ ਨੂੰ ਲੈ ਕੇ ਬਹੁਤ ਜ਼ਿਆਦਾ ਚਰਚਾ ਹੈ। ਕੀ ਇਹ ਕਲੇਸ਼ ਸਿਰਫ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹੀ ਹੈ? ਕੀ ਇਹ ਕਲੇਸ਼ ਕਾਂਗਰਸ ਦੇ ਵਿੱਚ ਨਹੀਂ ਹੈ? ਕਿਉਂਕਿ ਰਾਜਾ ਅਮਰਿੰਦਰ ਸਿੰਘ ਵੜਿੰਗ ਦੇ ਖਿਲਾਫ ਵੀ ਬਹੁਤ ਜ਼ਿਆਦਾ ਅੰਦਰੂਨੀ ਕਲੇਸ਼ ਜਿਹੜਾ ਕਾਂਗਰਸ ਦੇ ਅੰਦਰ ਭਾਂਬੜ ਜਿਹੜਾ ਉਹ ਉੱਠਿਆ ਹੋਇਆ। ਸ਼੍ਰੋਮਣੀ ਅਕਾਲੀ ਦਲ ਦੇ ਕਲੇਸ਼ ਦਾ ਕੀ ਬਣੂ, ਕਾਂਗਰਸ ਦੇ ਕਲੇਸ਼ ਦਾ ਕੀ ਬਣੂ? ਉਧਰ ਭਗਵੰਤ ਮਾਨ ਦੇ ਖਿਲਾਫ ਵੀ ਅੰਦਰੂਨੀ ਕਲੇਸ਼, ਅੰਦਰੂਨੀ ਫੁੱਟ ਪਾਰਟੀ ਦੇ ਅੰਦਰ ਬਹੁਤ ਜ਼ਿਆਦਾ ਹੈ। ਭਗਵੰਤ ਮਾਨ ਦੇ ਖਿਲਾਫ ਐਜ਼ ਆ ਮੁੱਖ ਮੰਤਰੀ, ਐਜ਼ ਆ ਪਾਰਟੀ ਪ੍ਰਧਾਨ ਵੀ ਬਹੁਤ ਸਾਰੀਆਂ ਚਿੰਤਾਵਾਂ ਨੇ ਪਾਰਟੀ ਦੇ ਅੰਦਰ। ਭਗਵੰਤ ਮਾਨ ਦੇ ਖਿਲਾਫ ਬਹੁਤ ਵੱਡੀ ਬਗਾਵਤ ਪਾਰਟੀ ਦੇ ਅੰਦਰ ਹੈਗੀ ਹੈ। ਤਿੰਨਾਂ ਪਾਰਟੀਆਂ ਦੀ ਬਗਾਵਤ ਜਿਹੜੀ ਹੈ ਉਹ ਪੰਜਾਬ ਦੀ ਸਿਆਸਤ ਨੂੰ ਕਿੱਧਰ ਨੂੰ ਲੈ ਕੇ ਜਾਊਗੀ? ਔਰ ਇਹਨਾਂ ਤਿੰਨਾਂ ਪਾਰਟੀਆਂ ਦੇ ਅੰਦਰੂਨੀ ਕਲੇਸ਼ ਦੀਆਂ ਖਬਰਾਂ ਥੱਲੇ ਪੰਜਾਬ ਦੇ ਬਹੁਤ ਅਹਿਮ ਜਿਹੜੇ ਆ ਮੁੱਦੇ ਉਹ ਦੱਬੇ ਜਾ ਰਹੇ ਨੇ, ਉਹ ਵੀ ਇੱਕ ਸਾਜਿਸ਼ ਵਾਂਗੂ ਹੀ ਕਰਾਰ ਦੇ ਰਹੇ ਆ। ਔਰ ਕੀ ਪੰਜਾਬ ਦੇ ਮੁੱਦੇ ਉਤੋਂ ਜਾਂ ਪੰਜਾਬ ਦੇ ਮੁੱਦਿਆਂ ਤੋਂ ਇਹ ਜਿਹੜੇ ਕਲੇਸ਼ ਨੇ ਇਹ ਜ਼ਿਆਦਾ ਵੱਡੇ ਨੇ ਜਾਂ ਕਿੱਧਰ ਨੂੰ ਲੈ ਕੇ ਜਾਣਗੇ ਇਹਨਾਂ ਪਾਰਟੀਆਂ ਨੂੰ? ਸਾਰੀਆਂ ਖਬਰਾਂ 'ਚ ਵਿਸਥਾਰ ਪੂਰਵਕ ਚਰਚਾ ਕਰਾਂਗੇ। ਮੇਰੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ ਜੁੜਿਆ। ਸਭ ਤੋਂ ਪਹਿਲਾਂ ਮੈਂ ਸਵਾਗਤ ਕਰੂੰ, ਅਣਸਰ ਸਵਾਲ ਇਹਨਾਂ ਪ੍ਰੋਗਰਾਮ 'ਚ ਵੀ ਤੁਹਾਡਾ। ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਅਣਖ ਸਾਹਿਬ, ਪੰਜਾਬ ਦੀ ਸਿਆਸਤ ਦੇ ਅੰਦਰ ਨਾ ਕਲੇਸ਼ ਜਿਹੜਾ ਮੈਨੂੰ ਲੱਗਦਾ ਕਲਚਰ ਜਿਹਾ ਹੀ ਬਣ ਚੁੱਕਿਆ। ਹੁਣ ਆਪਾਂ ਇਹਨਾਂ ਦਿਨੀ ਦੇਖ ਰਹੇ ਹਾਂ ਸੁਖਬੀਰ ਸਿੰਘ ਬਾਦਲ ਦੇ ਖਿਲਾਫ਼ ਵੀ ਬਹੁਤ ਜ਼ਿਆਦਾ ਕਲੇਸ਼ ਚਰਚਾ ਦੇ ਵਿੱਚ ਹੈ, ਵਿੱਚ ਦੀ ਖਬਰਾਂ ਜਿਹੜੀਆਂ ਉਹ ਭਗਵੰਤ ਮਾਨ, ਸੰਦੀਪ ਪਾਠਕ ਜਾਂ ਦਿੱਲੀ ਲੌਬੀ ਦੇ ਵਰਸਸ ਆ ਜਾਂਦੀਆਂ ਨੇ, ਉੱਥੇ ਕੀ ਸਥਿਤੀਆਂ ਬਣੀਆਂ ਹੋਈਆਂ ਨੇ ਉਹ ਆਪਾਂ ਪਿਛਲੇ ਦਿਨੀ ਸਾਰਾ ਕੁਝ ਦੱਸ ਕੇ ਹਟੇ ਹਾਂ। ਉੱਥੇ ਭਗਵੰਤ ਮਾਨ ਦੇ ਖਿਲਾਫ਼ ਐਜ਼ ਆ ਪ੍ਰਧਾਨ, ਐਜ਼ ਆ ਮੁੱਖ ਮੰਤਰੀ ਵੀ ਬਗਾਵਤਾਂ ਉੱਠੀਆਂ ਹੋਈਆਂ ਨੇ। ਉਧਰ ਅਮਰਿੰਦਰ ਸਿੰਘ, ਰਾਜਾ ਵੜਿੰਗ ਦੇ ਖਿਲਾਫ਼ ਵੀ ਕਾਂਗਰਸ ਦੇ ਅੰਦਰ ਵੱਡੀਆਂ ਬਗਾਵਤਾਂ ਉੱਠੀਆਂ ਹੋਈਆਂ ਨੇ। ਰਾਣਾ ਗੁਰਜੀਤ, ਸੁਖਜਿੰਦਰ ਸਿੰਘ ਰੰਧਾਵਾ, ਪ੍ਰਗਟ ਸਿੰਘ, ਭਾਰਤ ਭੂਸ਼ਣ ਆਸ਼ੂ ਕਿਸ ਤਰੀਕੇ ਨਾਲ ਵਾਰ ਕਰ ਰਹੇ ਨੇ, ਉਹ ਸਾਰੀਆਂ ਚੀਜ਼ਾਂ ਨੂੰ ਆਪਾਂ ਦੇਖ ਰਹੇ ਹਾਂ। ਇਹ ਸਾਰੇ ਪਾਰਟੀ ਪ੍ਰਧਾਨਾਂ ਦੇ ਖਿਲਾਫ਼ ਉੱਠੀ ਬਗਾਵਤ ਨੂੰ ਤੁਸੀਂ ਕਿਵੇਂ ਦੇਖਦੇ ਹੋ? ਸੁਖਵਿੰਦਰ ਜੀ, ਸਾਰੀ ਸਥਿਤੀ ਤਾਂ ਤੁਸੀਂ ਬਿਆਨ ਕਰਤੀ ਕਿ ਪੰਜਾਬ ਦੀਆਂ ਰਾਜਸੀ ਪਾਰਟੀਆਂ ਖਾਸ ਤੌਰ ਤੇ ਆ 2024 ਦੇ ਰਿਜ਼ਲਟ ਤੋਂ ਬਾਅਦ ਆਪਣਾ ਵਜੂਦ ਤਲਾਸ਼ਣ ਦੀ ਕੋਸ਼ਿਸ਼ ਵਿੱਚ ਨੇ, ਜਿਸ ਕਰਕੇ ਹਰ ਪਾਰਟੀ ਦੇ ਵਿੱਚ ਇੱਕ ਸਿਆਸੀ ਭੂਚਾਲ ਜਿਹੜਾ ਉਹ ਆਇਆ, ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਹੈ, ਚਾਹੇ ਕਾਂਗਰਸ ਹੈ, ਤੇ ਚਾਹੇ ਉਹ ਸੱਤਾਧਾਰੀ ਆਮ ਆਦਮੀ ਪਾਰਟੀ ਹੈ। ਤੇ ਜੇਕਰ ਸਿੱਧੂ ਸਾਹਿਬ, ਸਭ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰਦੀ, ਬੀਤੇ 3-4 ਦਿਨਾਂ ਤੋਂ ਤੁਸੀਂ ਦੇਖ ਲਓ ਕਿ ਸ਼੍ਰੋਮਣੀ ਅਕਾਲੀ ਦਲ ਕਿਸ ਤਰੀਕੇ ਨਾਲ ਚਰਚਾਵਾਂ 'ਚ ਹੈਗਾ। ਠੀਕ ਆ, ਨੇਤਾਵਾਂ ਦੀ ਆਪਸੀ ਖਹਿਬਾਜੀ ਸ਼੍ਰੋਮਣੀ ਅਕਾਲੀ ਦਲ 'ਚ ਚੱਲਦੀ ਰਹੀ ਹੈ, ਬੀਤੇ ਸਮੇਂ 'ਚ ਵੀ ਚੱਲਦੀ ਰਹੀ ਆ, ਪਰ ਬੀਤੇ 25 ਸਾਲਾਂ ਦੇ ਵਿੱਚ ਆ ਪਹਿਲੀ ਵਾਰੀ ਸੰਕਟ ਆ ਜਦੋਂ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਆਪਣੇ ਹੀ ਪ੍ਰਧਾਨ ਦੇ ਜਿਹੜੀ ਖਿਲਾਫ਼ ਹੋ ਗਈ ਹੈ, ਔਰ ਇੱਕ ਕਲੀਅਰ ਕੱਟ ਲੜਾਈ, ਇੱਕ ਮੁਹਿੰਮ ਜਿਹੜੀ ਉਹਨਾਂ ਵੱਲੋਂ ਵਿੜ ਦਿੱਤੀ ਗਈ। ਹੁਣ ਸਿੱਧੂ ਸਾਹਿਬ, ਚਲੋ ਇਹ ਵੀ ਗੱਲ ਮੰਨ ਲਿਆ ਕਿ ਪਾਰਟੀ ਦੇ ਨੇਤਾਵਾਂ ਦੀ ਆਪਸੀ ਲੜਾਈ ਚੱਲਦੀ ਆ, ਚੱਲਦੀ ਰਹਿਣੀ ਹੁੰਦੀ ਹੈ, ਚੱਲਦੀ ਰਹਿਣੀ ਚਾਹੀਦੀ, ਹਰ ਪਾਰਟੀ 'ਚ ਵੀ ਇਹੋ ਜਿਹਾ ਧੜੇਬਾਜ਼ੀਆਂ ਜਾਂ ਖਹਿਬਾਜ਼ੀਆਂ ਹੁੰਦੀਆਂ, ਪਰ ਸਭ ਤੋਂ ਵੱਡੀ ਗੱਲ ਇਹ ਆ ਕਿ ਤੁਸੀਂ ਜਦੋਂ ਤੁਸੀਂ ਆਪਣੇ ਵਰਕਰਾਂ ਤੇ ਆਪਣੇ ਸਮਰਥਕਾਂ ਦੇ ਉੱਤੇ ਸਵਾਲ ਉਠਾਉਣੇ ਸ਼ੁਰੂ ਕਰ ਦਿਓ, ਜਾਂ ਉਹ ਤੁਹਾਡੇ ਵਰਕਰਾਂ ਦੀ, ਤੁਹਾਡੇ ਸਮਰਥਕਾਂ ਦੀ ਤੁਹਾਡੇ 'ਚ ਭਰੋਸੇ ਯੋਗਤਾ ਖਤਮ ਹੋ ਜਾਵੇ, ਤਾਂ ਸਿੱਧੂ ਸਾਹਿਬ ਫਿਰ ਉਸ ਪਾਰਟੀ ਦਾ ਰੱਬ ਹੀ ਰੱਖ ਆ। ਹੁਣ ਸਾਹ ਗੱਲ ਮੈਂ ਤਾਂ ਕਹਿ ਰਿਹਾ ਕਿ ਨੇਤਾਵਾਂ ਦੀ ਸ਼੍ਰੋਮਣੀ ਅਕਾਲੀ ਦਲ ਦਾ ਦੋ ਧੜਿਆਂ ਦੀ ਲੜਾਈ ਤਾਂ ਚਲੋ ਜੰਗ ਜ਼ਾਹਰਾ ਬੀਤੇ ਦਿਨ ਸਮੇਂ 'ਚ ਵੀ ਹੁੰਦੀ ਰਹੀ ਆ, ਹੁਣ ਜ਼ਿਆਦਾ ਸਿਖਰ ਤੇ ਪਹੁੰਚ ਗਈ ਹੈ, ਪਰ ਜਿਸ ਤਰੀਕੇ ਨਾਲ ਜਲੰਧਰ ਤੋਂ ਜਿਮਨੀ ਚੋਣ ਦੇ ਵਿੱਚ ਬੀਬੀ ਸੁਰਜੀਤ ਕੌਰ ਸੰਬੰਧੀ ਸ਼੍ਰੋਮਣੀ ਅਕਾਲੀ ਦਲ ਨੇ ਫੈਸਲਾ ਲਿਆ, ਖਾਸ ਤੌਰ 'ਤੇ ਪ੍ਰਧਾਨ ਸਾਹਿਬ ਨੇ, ਇਹ ਸੁਖਵਿੰਦਰ ਜੀ ਕਿਸੇ ਵੀ ਸੂਰਤ ਵਿੱਚ ਠੀਕ ਜਿਹੜਾ ਉਹ ਨਹੀਂ ਆਖਿਆ ਜਾ ਸਕਦਾ। ਪਤਾ ਨਹੀਂ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਇਸ ਵੇਲੇ ਸੋਚ ਨੂੰ ਜਾਂ ਉਹਨਾਂ ਦੇ ਸਲਾਹਕਾਰ ਕਿਹੋ ਜਿਹੇ ਹੋ ਗਏ ਨੇ ਜਿਹੜੇ ਉਹ ਗਲਤ ਦਰ ਗਲਤ ਜਿਹੜਾ ਉਹ ਫੈਸਲਾ ਲੈ ਰਹੇ ਆ। ਇੱਕ ਪਾਸੇ ਤਾਂ ਤੁਸੀਂ ਆਪਣੀ ਉਸ ਉਮੀਦਵਾਰ ਨੂੰ ਪਾਰਟੀ ਦਾ ਨਿਸ਼ਾਨ ਦੇ ਦਿੰਦੇ ਜੇ, ਤੇ ਫਿਰ ਪਰਦੇ ਦੇ ਪਿੱਛੇ ਕਹਿ ਦਿੰਦੇ ਕਿ ਠੀਕ ਆ ਜੀ ਇਹ ਬਾਕੀ ਧੜੇ ਦੀ ਆ, ਤਾਂ ਇਹਦੇ ਕੋਲ ਅਸੀਂ ਨਿਸ਼ਾਨ ਜਿਹੜਾ ਵਾਪਸ ਲੈਣਾ ਤੇ ਜਿਹੜੀ
ਸਪੋਰਟ ਆ ਤੁਸੀਂ ਬਹੁਜਨ ਸਮਾਜ ਪਾਰਟੀ ਨੂੰ ਕਰ ਦਿੰਦੇ ਜੀ। ਬਹੁਜਨ ਸਮਾਜ ਪਾਰਟੀ ਉਹ ਜਿਹਦੇ ਨਾਲ ਤੁਹਾਡਾ ਸਮਝੌਤਾ ਹੋਇਆ, ਗੱਠਜੋੜ ਹੋਇਆ, ਗੱਠਜੋੜ ਟੁੱਟ ਗਿਆ, ਉਹਨਾਂ ਨੇ ਆਪੇ ਤੋੜਦਾ, ਫਿਰ ਤੁਸੀਂ ਜਾ ਕੇ ਉਹਨਾਂ ਦੇ ਅਧਾੜੇ ਚੜ ਜਾਂਦੇ। ਚਲੋ ਇਹ ਵੀ ਪਾਰਟੀ ਦੀ ਆਪਣੀ ਰਣਨੀਤੀ ਹੈ, ਠੀਕ ਆ। ਤੁਸੀਂ ਬਾਕੀ ਧੜੇ ਦੇ ਉਮੀਦਵਾਰ ਦੇ ਸੰਬੰਧੀ ਕੋਈ ਵੀ ਫੈਸਲਾ ਲੈਣ ਵਾਸਤੇ ਪ੍ਰਧਾਨ ਹੋਣੀ ਆਜ਼ਾਦ ਨੇ। ਪਰ ਸਿੱਧੂ ਸਾਹਿਬ ਜਿਹੜਾ ਕੱਲ੍ਹ ਦਲਜੀਤ ਸਿੰਘ ਚੀਮੇ ਦਾ ਜਿਹੜਾ ਇੱਕ ਬਿਆਨ ਆ ਉਹ ਮੈਨੂੰ ਬੜਾ ਖਟ ਗਿਆ। ਬਿਆਨ ਕੀ ਕਹਿੰਦਾ ਸੀ, ਉਹ ਗਰੀਬ ਕਰਦੇ ਨੇ। ਹੁਣ ਬੰਦਾ ਪੁੱਛੇ ਕਿ ਸ਼੍ਰੋਮਣੀ ਅਕਾਲੀ ਦਲ ਕੀ ਜੀਪਾਂ ਵਾਲਿਆਂ ਦਾ, ਕੀ ਵੱਡੇ ਵੱਡੇ ਧਨਾਡਾ ਦਾ ਸ਼੍ਰੋਮਣੀ ਅਕਾਲੀ ਦਲ ਰਹਿ ਗਿਆ, ਕੀ ਇੱਕ ਉਹ ਵਰਕਰ ਜਿਹੜਾ 40 ਸਾਲ ਜਿਸਦਾ ਪਤੀ ਉਸ ਪਾਰਟੀ ਨੂੰ ਸਮਰਪਿਤ ਆ, ਬੜੇ ਇਹੋ ਜਿਹੇ ਵਰਕਰ ਨੇ। ਮੈਂ ਆਲੇ ਦੁਆਲੇ ਵੇਖੇ ਬੀਤੇ ਸ਼੍ਰੋਮਣੀ ਅਕਾਲੀ ਦਲ ਦੇ ਬੀਤੇ ਇਤਿਹਾਸ ਦੇ ਵਿੱਚ ਕਿ ਜਿਹਨਾਂ ਨੇ ਪੂਰਨ ਤੌਰ ਤੇ ਸ਼ਾਇਦ ਉਹਨਾਂ ਦੇ ਘਰ ਰੋਟੀ ਵੀ ਖਾਣ ਨੂੰ ਨਹੀਂ ਸੀ ਹੁੰਦੀ, ਪਰ ਜਦੋਂ ਪਾਰਟੀ ਦਾ ਨਿਸ਼ਾਨ ਜਾਂ ਪਾਰਟੀ ਦੇ ਝੰਡੇ ਤੇ ਪਾਰਟੀ ਦੇ ਮਗਰ ਉਹ ਵਿਅਕਤੀ ਤੁਰਦੇ ਰਹੇ ਆ। ਤੇ ਦਲਜੀਤ ਸਿੰਘ ਚੀਮੇ ਹੋਣੀ ਇਹ ਕਮੈਂਟ ਕਹਿ ਰਹੇ ਕਿ ਹਾਂਜੀ ਉਹ ਗਰੀਬ ਧੜੇ ਦੀ ਹੈ, ਪਤਾ ਨਹੀਂ ਇਹਦਾ ਮਤਲਬ ਤਾਂ ਫਿਰ ਸਾਫ ਉਹੀ ਆ, ਫਿਰ ਲੋਕਾਂ ਦੇ ਮਨਾਂ ਚੋਂ ਤੁਸੀਂ ਉਤਰੋਗੇ। ਹੁਣ ਜਿਸ ਤਰੀਕੇ ਨਾਲ ਜਲੰਧਰ ਚ ਉਸ ਬੀਬੀ ਦੇ ਭਾਈਚਾਰੇ ਨੇ ਸਮਰਥਨ ਦੇਣ ਦਾ ਗੱਲ ਕਰਤਾ, ਬੀਬੀ ਨੇ ਅੰਮ੍ਰਿਤਪਾਲ ਦੇ ਪਰਿਵਾਰ ਨੂੰ ਹਮਾਇਤ ਵਾਸਤੇ ਕਿਹਾ, ਸਰਬਜੀਤ ਖਾਲਸਾ ਦੇ ਪਰਿਵਾਰ ਨੂੰ ਹਮਾਇਤ ਵਾਸਤੇ ਕਿਹਾ, ਸਿਮਰਜੀਤ ਸਿੰਘ ਮਾਨ ਨੂੰ ਹਮਾਇਤ ਕਰਨ ਵਾਸਤੇ ਕਿਹਾ। ਉਹ ਹਮਾਇਤ ਦਿੰਦੇ ਜਾਂ ਨਹੀਂ ਦਿੰਦੇ ਉਹ ਵੀ ਇੱਕ ਅਲੱਗ ਵਿਸ਼ਾ। ਜੇਕਰ ਜਲੰਧਰ ਦੇ ਲੋਕ ਜਿਹੜੇ ਉਸ ਹਲਕੇ ਦੇ ਲੋਕ ਨੇ ਸੁਖਬੀਰ ਬਾਦਲ ਦੀ ਇਸ ਬਿਆਨ ਤੋਂ ਬਾਅਦ, ਦਲਜੀਤ ਚੀਮੇ ਦਾ ਬਿਆਨ ਸਮਝੋ ਸੁਖਬੀਰ ਬਾਦਲ ਦਾ ਬਿਆਨ, ਜੇ ਇਸ ਬਿਆਨ ਤੋਂ ਬਾਅਦ ਬੀਬੀ ਨੂੰ ਭਾਰੀ ਸਮਰਥਨ ਦੇ ਦਿੰਦੇ, ਬੀਬੀ ਜਿੱਤਦੀ ਹੈ ਬੀਬੀ ਹਾਰਦੀ ਹੈ ਇੱਕ ਵੱਖਰਾ ਇਸ਼ੂ ਆ, ਤਾਂ ਫਿਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਕੀ ਹੈਸੀਅਤ ਰਹਿ ਜੂਗੀ? ਕੀ ਪਾਰਟੀ ਜਿਹੜੀ ਆ ਕੇਵਲ ਤੇ ਕੇਵਲ ਧਨਾਡਾ ਦੇ ਉੱਤੇ ਜੁੜੀ ਹੈ ਜਿਹੋ ਜਿਹੇ, ਜਾਂ ਫਿਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉੱਤੇ ਲੱਗਦੇ? ਸੋ ਸੁਖਵਿੰਦਰ ਜੀ ਇਹ ਜਿਹੜੀ ਸਥਿਤੀ ਆ, ਇੱਕ ਪਾਸੇ ਤਾਂ ਤੁਹਾਡਾ ਆਪਸੀ ਕਾਠੋ ਕਲੇਸ਼ ਪਿਆ, ਦੂਜੇ ਪਾਸੇ ਤੁਸੀਂ ਆਪਣੇ ਵਰਕਰਾਂ ਨੂੰ, ਉਹ ਵਰਕਰ ਜਿਹੜੇ ਬੀਤੇ ਲੰਮੇ ਸਮੇਂ ਤੋਂ ਤੁਹਾਡੇ ਨਾਲ ਚੱਲਦੇ ਰਹੇ, ਤੁਸੀਂ ਉਹਨਾਂ ਨੂੰ ਨਿਰਾਸ਼ ਕਰ ਰਹੇ ਜੇ। ਇਹ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਸਥਿਤੀ ਤੇ ਖਾਸ ਤੌਰ ਤੇ ਪ੍ਰਧਾਨ ਹੋਣਾਂ ਦੀ ਸਥਿਤੀ ਦਾ ਹਾਸਾ ਹੁੰਦਾ, ਔਰ ਉਹਨਾਂ ਦੀ ਸਮਝ ਦੇ ਉੱਤੇ ਸਵਾਲੀਆ ਚਿੰਨ੍ਹ ਲੱਗਦਾ ਕਿ ਉਹ ਕਿਹੋ ਜਿਹੇ ਜਿਹੜੇ ਨੇ ਸੋਚ ਜਿਹੜੀ ਉਹ ਅਖਤਿਆਰ ਜਿਹੜੀ ਉਹ ਕਰਦੇ ਪਏ ਆ। ਹੁਣ ਸ਼੍ਰੋਮਣੀ ਅਕਾਲੀ ਦਲ ਦੀ ਤਾਂ ਸਥਿਤੀ ਸੁਖਵਿੰਦਰ ਜੀ ਸਾਹਮਣੇ ਹੀ ਆ। ਇੱਕ ਪਾਸੇ ਤਾਂ ਬਾਕੀ ਧੜਾ ਕਹਿ ਰਿਹਾ ਕਿ ਆਰ ਪਾਰ ਦੀ ਲੜਾਈ ਆ, ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਹੁਣੀ ਪ੍ਰਧਾਨਗੀ ਸ਼ੈਡਿਊਲ ਤਿਆਰ ਨਹੀਂ, ਤੇ ਇਹ ਵੀ ਪਤਾ ਲੱਗਾ ਕਿ ਬਹੁਜਨ ਸਮਾਜ ਪਾਰਟੀ ਦੇ ਨਾਲ ਵੀ ਉਹਨਾਂ ਨੇ ਸਮਝੌਤਾ ਜਿਹੜਾ ਉਹ ਕਰ ਲਿਆ, 2 ਸੀਟਾਂ ਜਲੰਧਰ ਪੱਛਮੀ ਦਾ ਤੇ ਚੱਪੇਵਾਲ ਜਿਹੜੀ ਆ ਇਹ ਬਹੁਜਨ ਸਮਾਜ ਪਾਰਟੀ ਬਹੁਜਨ ਸਮਾਜ ਪਾਰਟੀ ਲੜੂਗੀ, ਤੇ ਜਿਹੜੀਆਂ 3 ਸੀਟਾਂ ਨੇ ਗਿੱਦੜਬਾ ਤੇ ਦੂਜੇ ਪਾਸੇ ਬਰਨਾਲਾ ਔਰ ਡੇਰਾ ਬਾਬਾ ਨਾਨਕ, ਇਹ ਅਕਾਲੀ ਦਲ ਦੇ ਕੋਟੇ 'ਚ ਪਾਤੀਆਂ। ਹੁਣ ਪ੍ਰਧਾਨ ਹੋਣੀ ਪਤਾ ਨਹੀਂ ਕੀ ਕਰ ਰਿਹਾ, ਕਿਸ ਤਰੀਕੇ, ਜਾਂ ਤਾਂ ਸਥਿਤੀਆਂ ਇੰਨੀਆਂ ਗੁੰਝਲਦਾਰ ਸ਼੍ਰੋਮਣੀ ਅਕਾਲੀ ਦਲ ਵਾਸਤੇ ਬਣ ਚੁੱਕੀਆਂ ਨੇ ਕਿ ਪ੍ਰਧਾਨ ਹੋਣੀ ਕੋਈ ਫੈਸਲਾ ਲੈਣ ਤੋਂ ਪੂਰਨ ਤੌਰ ਤੇ ਅਸਮਰੱਥ ਲਈ, ਉਹਨਾਂ ਦੀ ਸੋਚ ਹੀ ਨਹੀਂ ਜਿਹੜੀ ਉਹ ਕੰਮ ਕਰ ਰਹੀ, ਤੇ ਇਹ ਪਾਰਟੀ ਦਾ ਜਿਹੜਾ ਸਿਆਸੀ ਭੂਚਾਲ ਆ ਸੁਖਵਿੰਦਰ ਜੀ, ਜਿਹੜਾ ਪਾਰਟੀ ਦੇ ਵਿੱਚ ਸਿਆਸੀ ਭੂਚਾਲ ਆਇਆ ਇਹ ਸਰਦਾਰ ਸੁਖਬੀਰ ਸਿੰਘ ਬਾਦਲ ਵਾਸਤੇ ਮੈਨੂੰ ਨਹੀਂ ਲੱਗਦਾ ਕਿ ਜ਼ਿਆਦਾ ਬਿਹਤਰ ਹੈਗਾ। ਇਹ ਦਿਨੋਂ ਦਿਨ ਉਹਨਾਂ ਦੀ ਹਰ ਗਤੀਵਿਧੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਨੂੰ ਨਗਾਰ ਵਾਸਤੇ ਨਗਾਰ ਵੱਲ ਨਜ਼ਾ ਰਹੀ ਆ। ਇਹਦੇ ਵਿੱਚ ਕੋਈ ਧੜੇ ਜ਼ਿੰਮੇਵਾਰ, ਭਾਵੇਂ ਬੀਬੀ ਜਗੀਰ ਕੌਰ ਕੋਈ ਵੀ ਆ, ਪਰ ਜੇਕਰ ਤੁਸੀਂ ਪ੍ਰਧਾਨ ਜੇ ਤਾਂ ਫਿਰ ਤੁਹਾਡਾ ਹਰ ਫੈਸਲਾ ਅਜਿਹਾ ਹੋਣਾ ਚਾਹੀਦਾ ਜਿਹੜਾ ਨਾ ਤਾਂ ਪਾਰਟੀ ਨੂੰ ਨੁਕਸਾਨ ਪਹੁੰਚਾਏ ਤੇ ਨਾ ਹੀ ਤੁਹਾਨੂੰ ਵਰਕਰ ਤੋਂ ਦੂਰ ਖੜੇ ਜੋ ਕੁਝ ਹੋਰ ਸਭ ਨੇ ਹੋ ਰਿਹਾ ਜੀ। ਬਿਲਕੁਲ, ਇਹ ਪ੍ਰਧਾਨੋ ਪ੍ਰਧਾਨੀ ਜਿਹੜਾ ਸਿਸਟਮ ਹੋਇਆ, ਇੱਕ ਪ੍ਰਧਾਨ ਦੀ ਗੱਲ ਆਪਾਂ ਓਪਨਿੰਗ ਦੇ ਵਿੱਚ ਕਰਨੀ ਭੁੱਲ ਗਏ ਸੀ, ਸੁਨੀਲ ਜਾਖੜ, ਜਿਹੜੇ ਜਾਖੜ ਇਹ ਕਹਿ ਕੇ ਕਾਂਗਰਸ ਛੱਡ ਕੇ ਆਏ ਕਿ ਭਾਈ ਮੈਨੂੰ ਹਿੰਦੂ ਹੋਣ ਦੇ ਕਰਕੇ ਮੁੱਖ ਮੰਤਰੀ ਨਹੀਂ ਬਣਾਇਆ ਗਿਆ, ਔਰ ਉੱਥੇ ਚੰਨੀ ਉਹਨਾਂ ਨੂੰ ਬਣਾ ਦਿੱਤਾ ਗਿਆ, ਤੇ ਕਹਿੰਦੇ ਉੱਥੇ ਹਿੰਦੂ ਲੀਡਰਸ਼ਿਪ ਨੂੰ ਪਿਛਾਂਹ ਧੱਕਿਆ ਜਾ ਰਿਹਾ, ਇਸ ਕਰਕੇ ਛੱਡ ਕੇ ਆਏ ਸੀ। ਉੱਥੇ ਹੀ ਪ੍ਰਧਾਨ ਸਾਹਿਬ ਨੂੰ ਤਾਂ ਬੀਜੇਪੀ ਨੇ ਕੁਝ ਨਹੀਂ ਬਣਾਇਆ, ਪਰ ਜਿਹੜੇ ਲੁਧਿਆਣਾ ਤੋਂ ਚੋਣ ਹਾਰੇ ਐਜ਼ ਆ ਸਿੱਖ ਚਿਹਰਾ ਪੰਜਾਬ ਦੇ ਵਿੱਚ ਉਭਰਨ ਦੇ ਵਾਸਤੇ ਜਿਹੜਾ ਉਹ ਬਿੱਟੂ ਨੂੰ, ਰਵਨੀਤ ਬਿੱਟੂ ਨੂੰ ਭਾਜਪਾ ਨੇ ਕੇਂਦਰੀ ਰਾਜ ਮੰਤਰੀ ਜਿਹੜਾ ਉਹ ਬਣਾ ਦਿੱਤਾ, ਉਸ ਤੋਂ ਬਾਅਦ ਬੜੀਆਂ ਟਾਂਚਾ ਵਿਰੋਧੀਆਂ ਦੇ ਵੱਲੋਂ ਵੀ ਵੱਜੀਆਂ ਸੁਨੀਲ ਜਾਖੜ ਨੂੰ ਕਿ ਭਾਈ ਤੁਸੀਂ ਤਾਂ ਕਹਿੰਦੇ ਸੀਗੇ ਕਿ ਮੈਨੂੰ ਹਿੰਦੂ ਹੋਣ ਕਰਕੇ ਮੁੱਖ ਮੰਤਰੀ ਨਹੀਂ ਕਾਂਗਰਸ ਨੇ ਬਣਾਇਆ, ਤੇ ਫਿਰ ਹਿੰਦੂਆਂ ਦੀ ਜਿਹੜੀ ਪਾਰਟੀ ਆਪਣੇ ਆਪ ਨੂੰ ਹਿੰਦੂਤਵ ਦੇ ਤੌਰ ਤੇ ਵਿਚਰ ਰਹੀ ਪਾਰਟੀ ਭਾਜਪਾ ਹੀ ਤੁਹਾਨੂੰ ਜਿਹੜੀ ਆ ਉਹ ਬਣਾ ਦਿੰਦੀ ਫਿਰ ਕੇਂਦਰੀ ਮੰਤਰੀ,
ਉਹਨਾਂ ਨੇ ਕਿਉਂ ਰਾਜ ਜਿਹੜਾ ਰਾਜ ਮੰਤਰੀ ਜਿਹੜਾ ਉਹ ਬਣਾਇਆ ਰਵਨੀਤ ਸਿੰਘ ਬਿੱਟੂ ਨੂੰ, ਇਹ ਤਾਨਿਆਂ ਤੋਂ ਥੋੜੇ ਜਿਹੇ ਨਾਰਾਜ਼ ਕਿਤੇ ਨਾ ਕਿਤੇ ਸੁਨੀਲ ਜਾਖੜ ਵੀ, ਹਤਾਸ਼ ਵੀ ਜਿਹੜੇ ਹੋਣਗੇ, ਬੇਸ਼ੱਕ ਉਹ ਘੁੰਮ ਤਾਂ ਰਹੇ ਆ ਪ੍ਰੈਸ ਕਾਨਫਰੰਸਾਂ ਕਰਦੇ, ਹਾਲਾਤ ਮਾੜੇ ਉਸ ਪ੍ਰਧਾਨ ਸਾਹਿਬ ਦੇ ਵੀ ਹੈਗੇ ਆ, ਕਿਵੇਂ ਦੇਖਦੇ ਹੋ? ਸਿੱਧੂ ਸਾਹਿਬ, ਜੇਕਰ ਭਾਜਪਾ ਦੀ ਗੱਲ ਕੀਤੀ ਹੈ ਤੁਸੀਂ ਛੇੜੀ ਹੈ, ਤਾਂ ਇੱਕ ਪਹਿਲਾਂ ਮੈਂ ਗੱਲ ਕਰਦਾ ਕਿ ਕੋਈ ਵੀ ਪਾਰਟੀ ਕਿਸੇ ਵੀ ਸਿਧਾਂਤ ਕਿਸੇ ਵੀ ਵਿਚਾਰਧਾਰਾ ਦੀ ਹੁੰਦੀ ਨਹੀਂ ਜੀ ਹੈਗੀ ਅੱਜ ਦੇ ਸਮੇਂ ਦੇ ਵਿੱਚ। ਹਰ ਪਾਰਟੀ ਨੇ ਆਪਣਾ ਮਫਾਦ ਵੇਖਣਾ, ਉਹਨਾਂ ਨੇ ਵੇਖਣਾ ਕਿ ਜੇਕਰ ਪੰਜਾਬ 'ਚ ਸਿੱਖ ਵੋਟਰ ਜਾਂ ਸਿੱਖਾਂ ਨੂੰ ਪ੍ਰਭਾਵਿਤ ਨਾਲ ਲੈ ਕੇ ਤੁਰਦਾ, ਤਾਂ ਫਿਰ ਉਹਨਾਂ ਨੇ ਸਿੱਖ ਹੀ ਮੁੱਖ ਮੰਤਰੀ ਬਣਾਉਣਾ, ਸਿੱਖ ਚਿਹਰਾ ਹੀ ਉਹਨਾਂ ਨੇ ਲੱਭਣਾ। ਸੁਨੀਲ ਜਾਖੜ ਦਾ ਜਿੱਦਾਂ ਮਰਜ਼ੀ ਕੋਈ ਕੱਦ ਹੋਵੇ, ਉਹਨਾਂ ਨੇ ਫਿਰ ਉਸੇ ਤਰੀਕੇ ਨਾਲ ਆਪਣੀ ਵਿਚਾਰਧਾਰਾ ਕੌਮਾਂ 'ਚ ਕਹਿ ਰਹੇ, ਜੋ ਉਹਨਾਂ ਨੂੰ ਠੀਕ ਲੱਗਦਾ ਉਹ ਵਿਚਾਰਧਾਰਾ ਹੁੰਦੀ ਹੈ, ਕਿਉਂਕਿ ਭਾਜਪਾ ਕਦੇ ਆਰਐਸਐਸ ਦੇ ਇਸ਼ਾਰੇ ਤੋਂ ਬਿਨਾਂ ਚੱਲਦੀ ਨਹੀਂ ਸੀ, ਤੇ ਹੁਣ ਭਾਜਪਾ ਦੇ ਨੇਤਾ ਆਰਐਸਐਸ ਤੇ ਉਂਗਲ ਜਿਹੜੀ ਚੁੱਕਣੀ ਉਹਨਾਂ ਨੇ ਸ਼ੁਰੂ ਕਰ ਦਿੱਤੀ ਆ। ਤਾਂ ਅਜਿਹੀ ਸਥਿਤੀ ਦੇ ਵਿੱਚ ਜਿਹੜੀਆਂ ਫਿਰ ਅਸੀਂ ਗੱਲਾਂ ਕਰੇ ਕਿ ਸੁਨੀਲ ਜਾਖੜ ਹਿੰਦੂ ਧਰਮ ਦਾ ਨਾਰਾ ਲੈ ਛੱਡ ਕੇ ਗਏ, ਦੂਸਰੇ ਪਾਸੇ ਗਏ ਸੀ ਕਿ ਹਾਂ ਭਾਈ ਮੇਰਾ ਮੁੱਖ ਮੰਤਰੀ ਦਾ ਦਾਅ ਨਹੀਂ ਲੱਗਾ ਤੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾ ਦਿੱਤਾ, ਸਿਰਫ ਇਸ ਕਰਕੇ ਕਿਉਂਕਿ ਅੰਬਿਕਾ ਸੋਨੀ ਨੇ ਇਹ ਗੱਲ ਕਹੀ ਸੀ ਕਿ ਉੱਥੇ ਪੱਗ ਵਾਲਾ ਚਾਹੀਦਾ, ਤਾਂ ਗਏ ਤੇ ਉਹ ਇਸੇ ਆਸ ਦੇ ਵਿੱਚ ਹੀ ਭਾਜਪਾ 'ਚ ਕਿ ਸ਼ਾਇਦ ਇੱਕ ਵੱਡਾ ਹਿੰਦੂ ਚਿਹਰੇ ਹੋਣ ਦਾ ਉਹਨਾਂ ਨੂੰ ਭਾਜਪਾ ਜਿਹੜਾ ਮਾਣ ਸਤਿਕਾਰ ਦੇ ਕੋਈ ਅਹਿਮ ਸਥਾਨ ਦੇਵੇ। ਸਥਾਨ ਤਾਂ ਉਹਨਾਂ ਨੇ ਪੰਜਾਬ ਭਾਜਪਾ ਦਾ ਪ੍ਰਧਾਨ ਤਾਂ ਉਹਨਾਂ ਨੂੰ ਬਣਾ ਦਿੱਤਾ, ਪਰ ਜਿਹੜੀ ਕੁਝ ਉਹਨਾਂ ਨੇ ਸੋਚ ਕੇ ਗਈ ਸੀ ਉਹ ਅਜੇ ਤੱਕ ਉਹਨਾਂ ਨੂੰ ਦਿੱਤਾ ਨਹੀਂ। ਰਵਨੀਤ ਸਿੰਘ ਬਿੱਟੂ ਦੀ ਗੱਲ ਕਰ ਰਹੇ, ਜੋ ਇੱਕ ਫਿਲਮ ਦਾ ਡਾਇਲਾਗ ਹੈਗਾ ਅੱਜ ਕੱਲ੍ਹ ਤੇ ਉਹ ਚਰਚਾਵਾਂ ਨੇ, ਜੀਤ ਕਰ ਹਾਰਦੇ ਵਾਲੇ ਕੋਈ ਬਾਜੀਗਰ ਕਹਿੰਦੇ ਹੈ, ਹਾਰੇ ਹੋਏ ਕੋਈ ਮੰਤਰੀ ਬਣਾਉਣੇ ਮੈਂ ਕੋ ਰਮਨੀਤ ਬਿੱਟੂ ਕਹਿੰਦੇ। ਅੱਜ ਕੱਲ੍ਹ ਤੇ ਇਹ ਵੀ ਗੱਲਾਂ ਚੱਲਦੀਆਂ ਪਈਆਂ ਨੇ, ਭਾਜਪਾ ਨੇ ਸਾਰੀਆਂ ਸਿਧਾਂਤਾਂ ਸਾਰੀਆਂ ਵਿਚਾਰਧਾਰਾਵਾਂ ਨੂੰ ਤਰਾਂਜੀ ਜਿਹੜੀ ਦੇ ਕੇ ਰਮਨੀਤ ਬਿੱਟੂ ਨੂੰ ਉੱਥੇ ਜਿਹੜਾ ਮੰਤਰੀ ਜਿਹੜਾ ਬਣਾਤਾ, ਹਾਲਾਂਕਿ ਉਹ ਹਾਰਿਆ ਹੋਇਆ ਲੁਧਿਆਣੇ ਤੋਂ। ਤਾਂ ਫਿਰ ਅਜਿਹੀ ਸਥਿਤੀ ਜਿਹੜੀ ਆ ਸੁਨੀਲ ਜਾਖੜ ਤੋਂ ਕਿਵੇਂ ਬਰਦਾਸ਼ਤ ਹੋਊਗੀ ਕਿ ਜਦੋਂ ਇੱਕ ਪਾਸੇ ਤਾਂ ਉਹ ਕਾਂਗਰਸ ਛੱਡ ਕੇ ਭਾਜਪਾ 'ਚ ਜਾਣ ਚਲੇ ਗਏ। ਤੇ ਇੱਕ ਵਾਰੀ ਆਪਾਂ ਪ੍ਰੋਗਰਾਮ ਦੇ ਵਿੱਚ ਪਹਿਲਾਂ ਵੀ ਇਹ ਗੱਲ ਕੀਤੀ ਹੈ ਸਿੱਧੂ ਸਾਹਿਬ, ਮੈਨੂੰ ਯਾਦ ਆ ਗਿਆ ਕਿ ਸੁਨੀਲ ਜਾਖੜ ਹੁਣੀ ਭਾਜਪਾ 'ਚ ਜਾ ਕੇ ਵੀ ਆਪਣਾ ਸਾਹ ਘੁੱਟਿਆ ਮਹਿਸੂਸ ਕਰ ਰਹੇ ਆ, ਤਾਂ ਕਿਸੇ ਸਮੇਂ ਉਹ ਕਹਿੰਦੇ ਸੀ ਕਿ ਕੋਈ ਫੈਸਲਾ ਲੈ ਸਕਦੇ ਆ, ਪਰ ਸ਼ਾਇਦ ਅਜੇ ਉਹਨਾਂ ਦਾ ਜਿਹੜਾ ਮੂਡ ਨਹੀਂ ਬਣਿਆ। ਹੁਣ ਬੇਸ਼ੱਕ ਉਹ ਰਮਨੀਤ ਬਿੱਟੂ ਦੇ ਨਾਲ ਸਵਾਗਤ ਕਰਦੇ ਜਲੰਧਰ ਦੇ ਵਿੱਚ, ਇੱਕ ਦੋ ਉਹਨਾਂ ਨੇ ਪ੍ਰੈਸ ਕਾਨਫਰੰਸ ਵੀ ਕੀਤੀ ਭਾਜਪਾ ਦੇ ਦਫ਼ਤਰ ਜਾ ਕੇ, ਪਰ ਉਹਨਾਂ ਦੀਆਂ ਜਿਹੜੀਆਂ ਸਰਗਰਮੀਆਂ ਨੇ ਸਿੱਧੂ ਸਾਹਿਬ ਉਹ ਜ਼ਿਆਦਾ ਹੁਣ ਲਾਈਨ ਲਾਈਟ 'ਚ ਨਹੀਂ ਆ ਰਹੀਆਂ। ਪਤਾ ਨਹੀਂ ਕੀ ਗੱਲ, ਕਿਤੇ ਨਾ ਕਿਤੇ ਅੰਦਰੋਂ ਜਿਹੜਾ ਦੁੱਖ ਆ ਉਹ ਤਾਂ ਜ਼ਰੂਰ ਹੁੰਦਾ ਕਿ ਪਾਰਟੀ ਇੱਕ ਪਾਰਟੀ ਨੂੰ ਛੱਡ ਕੇ ਗਏ ਹੋਏ, ਪਾਰਟੀ 'ਚ ਤੁਸੀਂ ਸੀਨੀਅਰ ਨੇਤਾ ਹੋਵੋ ਤਾਂ ਸਿਰਫ ਇਸ ਗੱਲ ਨੂੰ ਲੈ ਕੇ ਕਿ ਹਾਂ ਵੀ ਪਾਰਟੀ ਨੇ ਉਹਨਾਂ ਨੂੰ ਮੁੱਖ ਮੰਤਰੀ ਨਹੀਂ ਬਣਾਇਆ ਤਾਂ ਆਪਾਂ ਪਾਰਟੀ ਛੱਡ ਗਏ, ਗੱਲ ਤਾਂ ਫਿਰ ਸਿੱਧੂ ਸਾਹਿਬ ਉਹੀ ਆ ਜੋ ਸੁਖਬੀਰ ਸਿੰਘ ਬਾਦਲ ਦੀ ਇੱਥੇ ਸੁਨੀਲ ਜਾਖੜ ਦੀ ਵੀ ਉਹੀ ਗੱਲ ਸੀ। ਸੁਖਬੀਰ ਸਿੰਘ ਬਾਦਲ ਵੀ ਪ੍ਰਧਾਨਗੀ ਪਦ ਨੂੰ ਛੱਡਣਾ ਨਹੀਂ ਚਾਹੁੰਦੇ ਤੇ ਦੂਜੇ ਪਾਸੇ ਸੁਨੀਲ ਜਾਖੜ ਪ੍ਰਧਾਨ ਤਾਂ ਹਨ, ਅੱਖ ਤੇ ਉਹਨਾਂ ਦੀ ਵੀ ਫਿਰ ਮੁੱਖ ਮੰਤਰੀ ਦੇ ਅਹੁਦੇ ਦੀ ਆ, ਪਰ ਸ਼ਾਇਦ ਭਾਜਪਾ ਨੇ ਵੀ ਉਹਨਾਂ ਨੂੰ ਕੋਈ ਉਨਿਆ ਜਿਹੜਾ ਵੇਟ ਜਿਹੜਾ ਉਹ ਨਹੀਂ ਦਿੱਤਾ। ਹੁਣ ਵੇਖੋ ਨਵੇਂ ਸਿਰ ਤੋਂ ਭਾਜਪਾ ਸਰਕਾਰ ਬਣ ਗਈ ਆ, ਦੇਖਦੇ ਹਾਂ ਕਿ ਹਾਂ ਭਾਈ ਸੁਨੀਲ ਜਾਖੜ ਤੋਂ ਕਿਤੇ ਕੋਈ ਰਾਜਪਾਲ ਬਣਾਇਆ ਜਾ ਸਕਦਾ ਜਾਂ ਭਾਜਪਾ ਦਾ ਹੀ ਸ਼ਮਸ਼ਨਾ ਦੇ ਕੇ ਉਹਨਾਂ ਕੋਲ ਕੰਮ ਚਲਾਇਆ ਜਾਊਗਾ, ਇਹ ਵੀ ਪਤਾ ਲੱਗ ਜਾਊਗਾ। ਬਾਕੀ ਸਥਿਤੀ ਜਿਹੜੀ ਆ ਸੁਨੀਲ ਜਾਖੜ ਦੀ ਵੀ ਭਾਰਤੀ ਜਨਤਾ ਪਾਰਟੀ 'ਚ ਹੁਣ ਏਡੀ ਸੁਖਾਵੀ ਲੱਗ ਨਹੀਂ ਰਹੀ ਜਦੋਂ ਦਾ ਰਵਨੀਤ ਬਿੱਟੂ ਦਾ ਕੱਦ ਜਿਹੜਾ ਭਾਰਤੀ ਜਨਤਾ ਪਾਰਟੀ 'ਚ ਬਤੌਰ ਮੰਤਰੀ ਜਿਹੜਾ ਉਹ ਵਧਿਆ ਹੈਗਾ ਜੀ। ਚਲੋ ਉਧਰ ਦੇ ਰਾਜਾ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਜੇ ਗੱਲ ਕਰ ਲਈਏ, ਅਮਰਿੰਦਰ ਸਿੰਘ ਰਾਜਾ ਵੜਿੰਗ ਬੇਸ਼ੱਕ ਉਹ ਇਹ ਗੱਲਾਂ ਕਹਿ ਰਹੇ ਹੋਣਗੇ ਭਾਈ ਮੇਰੀ ਪ੍ਰਧਾਨਗੀ ਦੇ ਵਿੱਚ 7 ਸੀਟਾਂ ਜਿਹੜੀਆਂ ਉਹ ਜਿੱਤਣੀਆਂ, ਪਰ ਪ੍ਰਗਟ ਸਿੰਘ, ਭਾਰਤ ਭੂਸ਼ਣ ਆਸ਼ੂ, ਸੁਖੀ ਰੰਧਾਵਾ ਔਰ ਉੱਧਰ ਰਾਣਾ ਗੁਰਜੀਤ ਸਿੰਘ ਵੀ ਜਿਸ ਤਰੀਕੇ ਦੇ ਨਾਲ ਆਪੋ ਆਪਣੇ ਅੰਕੜੇ ਕੱਢ ਕੇ ਬੈਠੇ ਆ ਔਰ ਸਾਰੀਆਂ ਸਥਿਤੀਆਂ ਜੋ ਬਿਆਨ ਕਰ ਰਹੇ ਆ, ਔਖੀ ਸਥਿਤੀ ਉਹ ਰਾਜਾ ਵੜਿੰਗ ਵਾਸਤੇ ਵੀ ਪੈਦਾ ਕਰ ਰਹੇ ਆ, ਕਿਵੇਂ ਦੇਖਦੇ ਹੋ ਤੀਜਾ ਪ੍ਰਧਾਨ ਪਾਰਟੀ ਦਾ ਜਿਹਦੀ ਸਥਿਤੀ ਜਿਹੜੀ ਉਹ ਡਾਵਾਡੋਲੀ ਹੈ? ਅੱਜ ਸੁਖਿੰਦਰ ਜੀ ਹੀ ਲੱਗਦੇ ਪ੍ਰਧਾਨਾਂ ਦੇ ਦੁਆਲੇ ਹੋ ਗਏ ਆ, ਬਾਕੀ ਜੇ ਤੱਥਾਂ ਦੇ ਆਧਾਰ ਤੇ ਉੱਤੇ ਪ੍ਰਧਾਨਾਂ ਦੀ ਅਸੀਂ ਗੱਲ ਕਰ ਰਹੇ ਹਾਂ। ਤੇ ਵਾਕਈ ਸੁਨੀਲ ਆਪਣੇ ਰਾਜਾ ਵੜਿੰਗ ਜਦੋਂ 7 ਕਾਂਗਰਸ ਸੀਟਾਂ ਜਿੱਤਦੀ ਤੇ ਬੜੀ ਥਾਪੀ ਮਾਰ ਕੇ ਕਹਿੰਦੇ ਕਿ ਹਾਂ ਵੀ ਉਹਨਾਂ ਦੀ ਅਗਵਾਈ ਦੇ ਵਿੱਚ ਕਾਂਗਰਸ ਪਾਰਟੀ ਨੇ ਜਿਹੜਾ ਸ਼ਾਨਦਾਰ ਪ੍ਰਦਰਸ਼ਨ ਕੀਤਾ, ਅਜੇ ਇਹਨਾਂ ਦੇ ਇਹ ਬੋਲਾਂ ਦੀ ਸ਼ਾਹੀ ਜਿਹੜੀ ਅਖਬਾਰਾਂ 'ਚ ਸੁੱਕੀ ਨਹੀਂ ਸੀ,
ਉਸ ਵੇਲੇ ਸਰਦਾਰ ਪ੍ਰਗਟ ਸਿੰਘ ਹੋਣੀ ਉਹ ਸਾਹਮਣੇ ਆਉਂਦੇ ਆ ਤੇ ਜਿਹੜੇ ਤੱਥ ਉਹਨਾਂ ਨੇ ਪੇਸ਼ ਕੀਤੇ, ਇੱਕ ਵਾਰੀ ਤਾਂ ਰਾਜਾ ਵੜਿੰਗ ਦੇ ਪੈਰਾਂ ਦੇ ਹੇਠੋਂ ਜ਼ਮੀਨ ਜਿਹੜੀ ਉਹ ਨਿਕਲ ਗਈ। ਦੂਜੇ ਪਾਸੇ ਭਾਰਤ ਭੂਸ਼ਣ ਆਸ਼ੂ ਨੇ ਜਿਸ ਤਰੀਕੇ ਨਾਲ ਆਪਣੇ ਚੈਨਲ ਤੇ ਇੰਟਰਵਿਊ ਦੌਰਾਨ ਰਾਜਾ ਵੜਿੰਗ ਦੇ ਖਿਲਾਫ ਭੜਾਸ ਕੱਢੀ, ਉਹ ਸਾਰਿਆਂ ਦੇ ਸਾਹਮਣੇ ਰਾਣਾ ਗੁਰਜੀਤ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਇਸ ਚੋਣਾਂ ਦੇ ਵਿੱਚ ਸਥਿਤੀ ਨੂੰ ਬਿਆਨ ਕੀਤਾ ਕਿ ਕਾਂਗਰਸ ਅਸਲ 'ਚ ਖਲੋਤੀ ਕਿੱਥੇ ਆ। ਮੈਂ ਚਲੋ ਬਾਕੀ ਨੇਤਾਵਾਂ ਦੀ ਤਾਂ ਗੱਲ ਛੱਡ ਦਿੰਦਾ, ਪਰ ਜਿਸ ਤਰੀਕੇ ਨਾਲ ਪ੍ਰਗਟ ਸਿੰਘ ਹੋਣਾ ਨੇ ਤੱਥ ਜਿਹੜੇ ਪੇਸ਼ ਕੀਤੇ, ਮਾਝੇ ਦੀਆਂ ਸੀਟਾਂ ਦੀ ਗੱਲ ਕੀਤੀ, ਦੂਜੇ ਪਾਸੇ ਲਾਲਵੇ ਦੀਆਂ ਸੀਟਾਂ ਦੀ ਉਹਨਾਂ ਨੇ ਗੱਲ ਕੀਤੀ, ਔਰ ਇਹ ਦੱਸਿਆ ਕਿ ਕਾਂਗਰਸ ਪਾਰਟੀ ਇਸ ਵੇਲੇ ਖਲੋਤੀ ਕਿੱਥੇ ਆ। ਔਰ ਵੱਡਾ ਜਿਹੜਾ ਕ੍ਰਾਈਸਿਸ ਆ ਸੁਖਿੰਦਰ ਜੀ ਭਾਂਡਾ ਜਿਹੜਾ ਉਹ ਰਾਜਾ ਵੜਿੰਗ ਦੇ ਸਿਰ ਤੇ ਜਿਹੜਾ ਉਹ ਭੱਜਿਆ ਕਿ ਰਾਜਾ ਵੜਿੰਗ ਦੀ ਜਿਹੜੀ ਚੋਣ ਮੁਹਿੰਮ ਸੀ ਕੇਵਲ ਤਾਂ ਕੇਵਲ ਉਹ ਜਲੰਧਰ ਤੱਕ ਸੀਮਤ ਰਹਿ ਗਈ, ਬਾਕੀ ਏਰੀਏ ਦੇ ਵਿੱਚ ਉਹਨਾਂ ਨੇ ਕੋਈ ਉਹੋ ਜਿਹਾ ਕੰਮ ਜਿਹੜਾ ਉਹ ਨਹੀਂ ਕੀਤਾ। ਤੇ ਹਾਲਾਂਕਿ ਇੰਨੀ ਵੱਡੀ ਜਿੱਤ ਜਿਹੜੀ ਲੁਧਿਆਣੇ ਤੋਂ ਹੋਈ ਨਹੀਂ ਹੈ, ਤਕੜੀ ਫਾਈਟ ਜਿਹੜੀ ਵੱਲੋਂ ਦਿੱਤੀ ਗਈ। ਹੁਣ ਰਾਜਾ ਵੜਿੰਗ ਦੀ ਪ੍ਰਧਾਨਗੀ ਦੀ ਜੇਕਰ ਤੁਸੀਂ ਗੱਲ ਕਰਦੇ ਜੇ, ਜਦੋਂ ਦਾ ਰਾਜਾ ਵੜਿੰਗ ਪ੍ਰਧਾਨ ਹੋਣੀ ਬਣਿਆ ਤੇ ਅੱਜ ਤੱਕ ਜਿੰਨਾ ਪਲਾਇਨ ਜਿਹੜਾ ਕਾਂਗਰਸ ਦੇ ਵਿੱਚੋਂ ਰਾਜਾ ਵੜਿੰਗ ਦੀ ਪ੍ਰਧਾਨਗੀ ਦੇ ਕਾਰਜਕਾਲ ਸਮੇਂ ਹੋਇਆ, ਉਹਨਾਂ ਨੁਕਸਾਨ ਮੇਰਾ ਨਹੀਂ ਖਿਆਲ ਕਦੇ ਨਵਜੋਤ ਸਿੱਧੂ ਦੇ ਕਾਰਨ ਪਾਰਟੀ ਨੂੰ ਕਦੀ ਹੋਇਆ ਹੋਵੇ। ਨਵਜੋਤ ਸਿੱਧੂ ਨੇ ਜਦੋਂ ਕੀਤੀ ਗੱਲਬਾਤ ਕੀਤੀ, ਠੋਕ ਕੇ ਗੱਲ ਕੀਤੀ, ਦੋ ਫਸਲੀ ਉਹਨੇ ਗੱਲ ਨਹੀਂ ਕੀਤੀ, ਜਿਹਦੇ ਨਾਲ ਖਲੋਤੇ ਉਹ ਖਲੋਤਾ ਰਿਹਾ ਵਿਅਕਤੀ। ਇਸ ਬੰਦੇ ਦਾ ਜਿਹੜਾ ਸਮੇਂ ਸਮੇਂ ਤੇ ਜਿਹੜਾ ਰੂਪ ਬਦਲਣਾ, ਸਮੇਂ ਸਮੇਂ ਤੇ ਜਿਹੜੀਆਂ ਗੱਲਾਂ ਕਰਦੀਆਂ ਪਾਰਟੀ ਦੇ ਵਿੱਚ, ਪਾਰਟੀ ਨੂੰ ਜ਼ਿਆਦਾ ਨੁਕਸਾਨ ਜਿਹੜਾ ਪਹੁੰਚਾਇਆ। ਤੇ ਹੁਣ ਠੀਕ ਹੈ, ਉੱਤੇ ਆਪੋਜੀਸ਼ਨ ਦੇ ਵਿੱਚ ਕਾਂਗਰਸ ਇੱਕ ਤਗੜੀ ਭੂਮਿਕਾ ਨਿਭਾਵੇਗੀ, ਪਰ ਲੱਗਦਾ ਕਿ ਸਿੱਧੂ ਸਾਹਿਬ ਇਹਨਾਂ ਜਿੰਨੀ ਚੋਣਾਂ ਜਿਹੜੀਆਂ ਹੁਣ ਜਿੰਨੀ ਚੋਣ ਇੱਕ ਤੇ ਜਲੰਧਰ ਵਾਲੀ ਆ ਤੇ ਦੂਜੇ ਪਾਸੇ ਜਿਹੜੀਆਂ ਬਾਕੀ ਚਾਰ ਚੋਣਾਂ ਜਿਹੜੀਆਂ ਹੋਈਆਂ ਨੇ ਉੱਥੇ ਜ਼ਰੂਰ ਰਾਜਾ ਵੜਿੰਗ ਦੀ ਜਿਹੜੀ ਭੂਮਿਕਾ ਉਹ ਵੇਖੀ ਜਾਊਗੀ। ਤਾਂ ਹੋ ਸਕਦਾ ਕਿ ਜਿਹੜੀ ਕਾਂਗਰਸ ਪਾਰਟੀ ਹੈ ਹਾਈਕਮਾਂਡ ਜਿਹੜੀ ਹੈ ਪ੍ਰਧਾਨ ਜਿਹੜਾ ਉਹ ਬਦਲਦੇ, ਕਿਉਂਕਿ ਬੀਤੇ ਦੌਰ 'ਚ ਵੀ ਇਹ ਚਰਚਾਵਾਂ ਉੱਠਦੀਆਂ ਰਹੀਆਂ ਕਿ ਹੁਣ ਪ੍ਰਧਾਨਗੀ ਜਿਹੜੀ ਹੈ ਕਾਂਗਰਸ ਦੇ ਵਿੱਚੋਂ ਵੀ ਬਦਲ ਜਾਣੀ ਚਾਹੀਦੀ ਹੈ, ਕਿਉਂਕਿ ਪਲਾਇਨ ਜਿਹੜਾ ਕਾਂਗਰਸ ਦੇ ਵਿੱਚੋਂ ਨੇਤਾਵਾਂ ਦਾ ਰਾਜੇ ਦੇ ਸਮੇਂ ਦੇ ਵਿੱਚ ਹੋਇਆ। ਹੁਣ ਵੇਖੋ ਕਾਂਗਰਸ ਹਾਈਕਮਾਂਡ ਇਸ ਪ੍ਰਧਾਨ ਦਾ ਕੀ ਕਰਦੀ ਹੈ। ਬਾਕੀ ਤਾਂ ਪ੍ਰਧਾਨਾਂ ਦੀ ਸਵੇਰ ਤੇ ਦੋ ਸਥਿਤੀਆਂ ਪ੍ਰਧਾਨਾਂ ਦੇ ਤੇ ਬਿਆਨ ਕਰ ਦਿੱਤੀਆਂ ਨੇ, ਹੁਣ ਆਮ ਆਦਮੀ ਪਾਰਟੀ ਦੇ ਪ੍ਰਧਾਨ ਵੱਲੋਂ ਵੀ ਤੁਸੀਂ ਸੁਖਿੰਦਰ ਜੀ ਗੱਲ ਕਰਦੇ ਜੀ। ਬਿਲਕੁਲ, ਆਮ ਆਦਮੀ ਪਾਰਟੀ ਦੇ ਪ੍ਰਧਾਨ ਦੇ ਬਾਰੇ ਗੱਲਬਾਤ ਕਰਨੀ ਜ਼ਰੂਰੀ ਹੈ, ਕਿਉਂਕਿ ਆਮ ਆਦਮੀ ਪਾਰਟੀ ਦਾ ਪ੍ਰਧਾਨ ਭਗਵੰਤ ਮਾਨ ਇਕੱਲਾ ਪ੍ਰਧਾਨ ਨਹੀਂ ਹੈ, ਮੁੱਖ ਮੰਤਰੀ ਵੀ ਹੈ। ਔਰ ਕਾਰਜਕਾਰੀ ਪ੍ਰਧਾਨ ਬਣਾਇਆ ਤਾਂ ਸੀਗਾ ਜਿਹੜਾ ਪ੍ਰਿੰਸੀਪਲ ਬੋਧਰਾਮ, ਪਰ ਆਸ਼ੂ ਦੇ ਕਹਿਣ ਨੂੰ ਉਹ ਕਹਿੰਦੇ ਕਿ ਮੈਂ ਪ੍ਰਧਾਨ ਤਾਂ ਹੈਗਾ, ਆਸ਼ੂ ਕਹਿੰਦੇ ਕਾਂਗਰਸ ਦਾ ਕਾਰਜਕਾਰੀ ਪ੍ਰਧਾਨ ਤਾਂ ਹੈਗਾ ਪਰ ਕਾਗਜ਼ੀ ਪ੍ਰਧਾਨ ਹੁੰਦਾ, ਨਾ ਕਿਸੇ ਮੀਟਿੰਗ ਚ ਬੁਲਾਇਆ ਜਾਂਦਾ, ਨਾ ਕਿਸੇ ਫੈਸਲੇ ਚ ਸੱਦਿਆ ਜਾਂਦਾ। ਉਹੀ ਹਾਲਤ ਜਿਹੜੀ ਇੱਥੇ ਪ੍ਰਿੰਸੀਪਲ ਬੋਧਰਾਮ ਦੀ ਆ, ਉਹ ਤਾਂ ਇੱਕ ਕਾਗਜ਼ੀ ਪ੍ਰਧਾਨ ਹੈ, ਅਸਲੀ ਪ੍ਰਧਾਨ ਤਾਂ ਜਿਹੜੇ ਉਹ ਹੈਗੇ ਨੇ ਭਗਵੰਤ ਮਾਨ ਹੀ। ਔਰ ਭਗਵੰਤ ਮਾਨ ਵੀ ਪਤਾ ਨਹੀਂ ਅਸਲੀ ਪ੍ਰਧਾਨ ਹੈਗੇ ਆ ਕਿ ਨਹੀਂ ਹੈਗੇ, ਫੈਸਲੇ ਕਈ ਕਹਿੰਦੇ ਵੀ ਦਿਲੀਓ ਹੁੰਦੇ ਆ। ਤੇ ਕਿਵੇਂ ਦੇਖਦੇ ਹੋ ਪੂਰੀ ਚੀਜ਼ ਨੂੰ, ਭਗਵੰਤ ਮਾਨ ਆਪ ਪ੍ਰਧਾਨਗੀ ਦਾ ਅਹੁਦਾ ਨਹੀਂ ਛੱਡਿਆ, ਮੁੱਖ ਮੰਤਰੀ ਦਾ ਵੀ ਲੈ ਕੇ ਜਿਹੜਾ ਉਹ ਬੈਠੇ ਆ, ਤੇ ਪ੍ਰਧਾਨਗੀ ਦੇ ਤੌਰ ਤੇ ਪਾਰਟੀ ਜਿਹੜੀ ਆ ਉਹ ਸੰਗਠਨ ਦੇ ਤੌਰ ਤੇ ਫੇਲ ਨਜ਼ਰ ਆਈ ਆ। ਪਿੰਡਾਂ ਦੇ ਵਿੱਚ ਆਪਣਾ ਸੰਗਠਨ ਜਿਹੜਾ ਉਹ ਬਣਾ ਨਹੀਂ ਸਕੀ ਪਾਰਟੀ, ਇੱਕ ਤਾਂ ਗੱਲ ਇਹ ਹੋ ਗਈ। ਦੂਜਾ ਮੁੱਖ ਮੰਤਰੀ ਦੇ ਤੌਰ ਤੇ ਵੀ ਜੋ ਕੁਝ ਚੱਲ ਰਿਹਾ ਪੰਜਾਬ ਦੇ ਅੰਦਰ, ਉਹਦੇ ਤੌਰ ਤੇ ਵੀ ਲੋਕੀ ਫੇਲ ਹੀ ਮੰਨ ਰਹੇ ਆ। ਤਾਂ ਪਾਰਟੀ ਦੇ ਅੰਦਰੋਂ ਅੰਦਰੀ ਬਗਾਵਤ ਜਿਹੜੀ ਉਹਨਾਂ ਦੇ ਖਿਲਾਫ ਵੀ ਹੈਗੀ ਆ, ਜਿਵੇਂ ਦਿੱਲੀ ਵਰਸਿਸ ਆਪਾਂ ਦਿੱਲੀ ਲੌਬੀ ਵਰਸਿਸ ਭਗਵੰਤ ਮਾਨ ਦੇਖਦੇ ਰਹੇ ਹਾਂ, ਔਰ ਇਸੇ ਕਰਕੇ ਸਥਿਤੀ ਜਿਹੜੀ ਉਹਨਾਂ ਦੇ ਲਈ ਵਕਾਰ ਦਾ ਸਵਾਲ ਬਣ ਗਈ ਜਲੰਧਰ ਜਿਵੇਂ ਚੋਣ, ਔਰ ਇਸੇ ਵਕਾਰ ਨੂੰ ਸਮਝਦਿਆਂ ਉਹ ਜਲੰਧਰ ਆ ਕੇ ਰਹਿ ਪਏ ਆ। ਤੇ ਜੇ ਉਹਨਾਂ ਨੇ ਜਲੰਧਰ ਸੀਟ ਨਾ ਜਿੱਤੀ ਤਾਂ ਜਿਹੜੀ ਸਥਿਤੀ ਆ ਉਹ ਭਗਵੰਤ ਮਾਨ ਵਾਸਤੇ ਹੋਰ ਔਖੀ ਹੋ ਜਾਣੀ ਆ, ਇਹ ਕਲੇਸ਼ ਜਿਹੜਾ ਹੋਰ ਵੱਡੇ ਪੱਧਰ ਤੇ ਉੱਠ ਜਾਣਾ ਸਭ। ਹਾਂ ਬਿਲਕੁਲ ਸੁਖਵਿੰਦਰ ਜੀ, ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਥਿਤੀ ਤੁਸੀਂ ਬਾਖੂਬੀ ਜਿਹੜੀ ਬਿਆਨ ਕਰ ਦਿੱਤੀ ਹੈ। 2 ਸਾਲ ਜਾਂ 2.5 ਸਾਲ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬਣਿਆ ਹੋ ਗਏ ਆ। ਅੱਜ ਤੱਕ ਆਮ ਆਦਮੀ ਪਾਰਟੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਉਹੋ ਜਿਹਾ ਕੁਝ ਵੀ ਨਹੀਂ ਕਰ ਸਕੀ ਜਿਹੋ ਜਿਹੇ ਵਾਅਦੇ ਜਾਂ ਜਿਹੋ ਜਿਹੇ ਬਿਆਨ ਜਿਹੜੇ ਸੀ ਚੋਣਾਂ ਤੋਂ ਪਹਿਲਾਂ ਦਿੱਤੇ ਸੀ।
ਇਹਨਾਂ 2.5 ਸਾਲਾਂ ਦੇ ਵਿੱਚ ਆਮ ਆਦਮੀ ਪਾਰਟੀ ਦਾ ਕਾਡਰ ਜਿਹੜਾ ਕੰਮ ਕਾਡਰ ਤਾਂ ਚਲੋ ਕੋਈ ਹੈ ਨਹੀਂ, ਲੋਕ ਜਿਹੜੇ ਨੇ ਜਾਂ ਵੋਟਰ ਜਿਹੜਾ ਆਮ ਆਦਮੀ ਪਾਰਟੀ ਤੋਂ ਦੂਰ ਹੋਇਆ, ਕਿਉਂਕਿ ਜਿਹੜਾ ਵੋਟਰ ਇਹਨਾਂ ਨਾਲ ਜੁੜਿਆ ਸੀ ਉਹ ਕੇਵਲ ਤੇ ਕੇਵਲ ਰਵਾਇਤੀ ਪਾਰਟੀਆਂ ਤੋਂ ਨਿਰਾਸ਼ ਹੋ ਕੇ ਇਹਨਾਂ ਨਾਲ ਜੁੜਿਆ ਸੀ। ਸੋ ਅੱਜ ਉਹ ਸਥਿਤੀ ਆਮ ਆਦਮੀ ਪਾਰਟੀ ਦੀ ਹੈ ਨਹੀਂ ਜਿਹੜੀ 2022 ਵਿੱਚ ਸੀ। ਇਸ ਦਾ ਸਬੂਤ ਜਿਹੜਾ ਇਹ 2024 ਦੀਆਂ ਚੋਣਾਂ ਨੇ ਜਿੱਥੇ ਮੁੱਖ ਮੰਤਰੀ ਸਾਹਿਬ 13-0 ਦੀ ਗੱਲ ਕਰਦੇ ਸੀ। ਤਾਂ ਅਜਿਹੀ ਸਥਿਤੀ ਦੇ ਵਿੱਚ ਸਾਰੀ ਜ਼ਿੰਮੇਵਾਰੀ ਜਿਹੜੀ ਆ ਉਹ ਭਗਵੰਤ ਮਾਨ ਹੋਣਾ ਦੀ ਬਣਦੀ ਹੈ। ਤੁਸੀਂ ਪਿੰਡਾਂ ਦੀ ਗੱਲ ਕਰ ਰਹੇ, ਪਿੰਡਾਂ ਦੀ ਤੇ ਗੱਲ ਛੋੜੋ, ਪਿੰਡਾਂ 'ਚ ਤੇ ਇਹ ਸਥਾਪਨਾ ਕੀ ਕਰਨੀ, ਸ਼ਹਿਰਾਂ ਦੇ ਵਿੱਚ ਵੀ ਜਿਹੜਾ ਮਾੜਾ ਮੋਟਾ ਇਹਨਾਂ ਦਾ ਆਧਾਰ ਸੀ, ਲੋਕ ਇਹਨਾਂ ਤੋਂ ਟੁੱਟ ਚੁੱਕੇ ਆ। ਉਸ ਦਾ ਪ੍ਰਮਾਣ ਜਿਹੜਾ ਮੈਂ ਪਹਿਲਾਂ ਹੀ ਗੱਲ ਕਹਿ ਤਾ ਕਿ ਲੋਕ ਸਭਾ ਦੀਆਂ ਚੋਣਾਂ ਤੁਸੀਂ ਵੇਖ ਸਕਦੇ ਜੇ, ਜੇਕਰ ਇਹਨਾਂ ਦੇ ਉਮੀਦਵਾਰਾਂ ਦੀਆਂ ਜਮਾਨਤਾਂ ਜ਼ਬਤ ਨਹੀਂ ਹੋਈਆਂ ਤਾਂ ਸਿਰਫ ਇਸ ਕਰਕੇ ਨਹੀਂ ਹੋਈਆਂ ਕਿਉਂਕਿ ਇਸ ਵੇਲੇ ਸੱਤਾਧਾਰੀ ਧਿਰ ਦੇ ਵਿੱਚ ਇਹ ਮੌਜੂਦ ਨਹੀਂ, ਤੇ ਜੇ ਸੱਤਾਧਾਰੀ ਧਿਰ ਦੇ ਵਿੱਚ ਨਾ ਹੁੰਦੇ ਤਾਂ ਸ਼ਾਇਦ ਫਿਰ ਜੇ ਇਹਨਾਂ ਦੀਆਂ ਜਮਾਨਤਾਂ ਵੀ ਉਸੇ ਤਰੀਕੇ ਨਾਲ ਜ਼ਬਤ ਹੁੰਦੀਆਂ ਜਿਵੇਂ ਸ਼੍ਰੋਮਣੀ ਅਕਾਲੀ ਦਲ ਦੇ 10 ਉਮੀਦਵਾਰਾਂ ਦੀਆਂ ਹੋਈਆਂ। ਤੇ ਇਹ ਸਾਰੀ ਦੀ ਜ਼ਿੰਮੇਵਾਰੀ ਸਿੱਧੂ ਸਾਹਿਬ ਉਹ ਭਗਵੰਤ ਮਾਨ ਦੀ ਬਣਦੀ ਆ। ਤੇ ਭਗਵੰਤ ਮਾਨ ਹੋਣੀ ਦੋ ਚੀਜ਼ਾਂ ਉਹਨਾਂ ਦੇ ਖਿਲਾਫ ਜਾਂਦੀਆਂ ਨੇ, ਇੱਕ ਤੇ ਉਹਨਾਂ ਦਾ ਤਾਨਾਸ਼ਾਹੀ ਰਵੱਈਆ, ਇੱਕ ਮੈਨਾ ਮਾਨੋ। ਮੈਨਾ ਮਾਨੋ ਦੀ ਸਥਿਤੀ ਦੇ ਵਿੱਚ ਤੁਸੀਂ ਦੇਖ ਲਓ ਕਿ ਪਾਰਟੀ ਦੇ ਵਿੱਚ ਕਿੱਦਾਂ ਚੀਜ਼ਾਂ ਜਿਹੜੀਆਂ ਬੀਤੇ ਸਮੇਂ ਦੇ ਵਿੱਚ ਆਈਆਂ, ਪਰ ਮੁੱਖ ਮੰਤਰੀ ਸਾਹਿਬ ਨੇ ਕਦੇ ਵੀ, ਚਾਹੇ ਉਹ ਕਰਪਸ਼ਨ ਦੇ ਕੇਸਾਂ ਦੇ ਵਿੱਚ ਮੰਤਰੀ ਫਸੇ ਹੋ, ਕਦੇ ਵੀ ਉਹਨਾਂ ਨੇ ਕੋਈ ਐਕਸ਼ਨ ਜਿਹੜਾ ਉਹ ਨਹੀਂ ਲਿਆ, ਹਮੇਸ਼ਾ ਆਪਣੇ ਆਪ ਨੂੰ ਠੀਕ ਕਿਹਾ, ਆਪਣੀ ਮੰਤਰੀਆਂ ਦੀ ਟੀਮ, ਚਾਹੇ ਲਾਲ ਸਿੰਘ ਘੱਟਾ ਨੂੰ ਚੱਕ ਦਾ ਮੁੱਦਾ ਹੋਵੇ, ਚਾਹੇ ਕੋਈ ਵੀ ਹੋਵੇ। ਤਾਂ ਲੋਕ ਸੁਖਵਿੰਦਰ ਜੀ ਇਸ ਚਾਰੀਆਂ ਚੀਜ਼ਾਂ ਨੂੰ ਨਾਪਦੇ ਆ, ਲੋਕ ਵੇਖਦੇ ਆ। ਤਾਂ ਹੁਣ ਗੱਲ ਆ ਗਈ ਜਲੰਧਰ ਦੀ ਜ਼ਿਮਨੀ ਚੋਣ। ਜਲੰਧਰ ਦੀ ਜ਼ਿਮਨੀ ਚੋਣ ਨੂੰ ਲੈ ਕੇ ਮੁੱਖ ਮੰਤਰੀ ਦੇ ਭਗਵੰਤ ਮਾਨ ਹੋਣਾਂ ਤੇ ਬੋਲਾਂ ਤੇ ਸਿੱਕਰੀ ਜਿਹੜੀ ਜੰਮੀ ਹੈ, ਕਿਉਂਕਿ ਜ਼ਮੀਨੀ ਹਕੀਕਤ ਜਿਹੜੀ ਹੈ ਸਿੱਧੂ ਸਾਹਿਬ ਉੱਥੇ ਕਾਂਗਰਸ ਜਿਹੜੀ ਆ ਅੱਜ ਦੀ ਤਰੀਕ 'ਚ ਜਿਹੜੀ ਆ ਉਹ ਤਕੜੀ ਜਿਹੜੀ ਹੈਗੀ ਆ। ਬੇਸ਼ੱਕ ਉਹਨਾਂ ਦਾ ਉਮੀਦਵਾਰ ਜਾਣਿਆ ਪਛਾਣਿਆ ਹਸਤਾਖਰ ਨਹੀਂ ਹੈਗਾ, ਪਰ ਜੇਕਰ ਸਮੁੱਚੀ ਕਾਂਗਰਸ ਦੀ ਗੱਲ ਕਰੋ ਤਾਂ ਕਾਂਗਰਸ ਦੀ ਟੱਕਰ ਜਿਹੜੀ ਆ ਉੱਥੇ ਆਮ ਆਦਮੀ ਪਾਰਟੀ ਨਾਲ ਹੈਗੀ ਆ, ਤੇ ਕਾਂਗਰਸ ਅੱਜ ਦੀ ਤਰੀਕ 'ਚ ਥੋੜ੍ਹਾ ਜਿਹਾ ਅੱਗੇ ਜਿਹੜੀ ਚੱਲ ਰਹੀ ਹੈ। ਹੁਣ ਅਗਲੇ ਦਿਨ 'ਚ ਸਥਿਤੀ ਕੀ ਬਦਲਦੀ ਜਾਂ ਨਹੀਂ ਬਦਲਦੀ ਉਹ ਤਾਂ ਆਉਣ ਵਾਲਾ ਸਮਾਂ ਦੱਸੂਗਾ, ਪਰ ਉੱਥੇ ਭਾਰਤੀ ਜਨਤਾ ਪਾਰਟੀ ਦਾ ਉਮੀਦਵਾਰ ਸ਼ੀਤਲ ਅੰਗਰਾਲ ਵੀ ਪੂਰਨ ਤੌਰ ਤੇ ਉੱਥੇ ਚੱਲ ਰਿਹਾ, ਟਕਾਉਣੀ ਟੱਕਰ ਜਿਹੜੀ ਆ ਉੱਥੇ ਬਣ ਗਈ। ਤਾਂ ਅਜਿਹੀ ਸਥਿਤੀ ਦੇ ਵਿੱਚ ਜੇਕਰ ਨਤੀਜੇ ਆਮ ਆਦਮੀ ਪਾਰਟੀ ਦੀ ਇੱਛਾ ਦੇ ਮੁਤਾਬਕ ਨਹੀਂ ਆਉਂਦੇ ਤਾਂ ਫਿਰ ਸਥਿਤੀ ਸੁਖਵਿੰਦਰ ਜੀ ਇੱਥੇ ਵੀ ਮੁੱਖ ਮੰਤਰੀ ਸਾਹਿਬ ਜਾਂ ਪ੍ਰਧਾਨ ਹੋਣਾ ਦੀ ਉਹੋ ਜਿਹੀ ਬਣਨੀ ਹੈ ਜਿਹੜੀ ਸਰਦਾਰ ਸੁਖਬੀਰ ਸਿੰਘ ਬਾਦਲ ਹੋਣਾ ਵਾਸਤੇ ਬਣੀ ਹੈ। ਪਾਰਟੀ ਦੇ ਅੰਦਰੋਂ ਜ਼ਰੂਰ ਸਵਾਲ ਉੱਠਣੇ, ਹਾਲਾਂਕਿ ਅਜੇ ਤੱਕ ਮੁੱਖ ਮੰਤਰੀ ਕੋਲ ਕਿਸੇ ਨੇ ਅਸਤੀਫਾ ਨਹੀਂ ਮੰਗਿਆ, ਅਜੇ ਤਾਂ ਲੀਡਰਸ਼ਿਪ ਜਿਹੜੀ ਹੈ ਭਰੋਸੇਯੋਗਤਾ ਭਗਵੰਤ ਮਾਨ 'ਚ ਜਿਹੜੇ 92 ਵਿਧਾਇਕ ਨੇ ਆਪਣੇ ਤੌਰ ਤੇ ਦੱਸ ਰਹੇ ਆ, ਪਰ ਜਿਸ ਤਰੀਕੇ ਨਾਲ ਕੱਲ ਦੇ ਪ੍ਰੋਗਰਾਮ 'ਚ ਅਸੀਂ ਗੱਲ ਕੀਤੀ ਸੀ ਕਰਤਾਰ ਸਿੰਘ ਸਧਵਾਂ ਦੀ, ਜਿਸ ਤਰੀਕੇ ਨਾਲ ਕਰਤਾਰ ਸਿੰਘ ਸਧਵਾਂ ਦਾ ਪ੍ਰੈਸ ਨੋਟ ਡੱਕਿਆ ਗਿਆ, ਉਹਨਾਂ ਨੂੰ ਲਾਈਮਲਾਈਟ 'ਚ ਆਉਣ ਤੋਂ ਹਟਾਇਆ ਗਿਆ, ਤੇ ਦੂਜੇ ਪਾਸੇ ਦਿੱਲੀ ਲੌਬੀ ਕਿਸ ਤਰੀਕੇ ਨਾਲ ਭਗਵੰਤ ਮਾਨ ਦੇ ਬਰਾਬਰ ਦਾ ਇੱਕ ਪਾਵਰ ਸੈਂਟਰ ਜਿਹੜਾ ਕ੍ਰੀਏਟ ਕਰਨ ਦੀ ਕੋਸ਼ਿਸ਼ ਆ। ਸੁਖਵਿੰਦਰ ਜੀ ਜੇਕਰ ਇੱਛਾ ਆ ਆਮ ਆਦਮੀ ਪਾਰਟੀ ਦੀ ਇੱਛਾ ਅਨੁਸਾਰ ਜਲੰਧਰ ਦੀ ਜ਼ਿਮਨੀ ਚੋਣ ਦੇ ਨਤੀਜੇ ਨਾ ਹੋਏ ਤਾਂ ਫਿਰ ਇਸ ਪ੍ਰਧਾਨ ਦਾ ਵੀ ਖਤਰਾ ਉਸੇ ਤਰੀਕੇ ਦਾ ਰਹੀ ਆ ਜਿਸ ਤਰੀਕੇ ਨਾਲ ਸੁਖਬੀਰ ਸਿੰਘ ਬਾਦਲ ਦਾ ਹੈਗਾ। ਬਾਕੀ ਵੇਖੋ ਇਹ ਜਿਹੜੀ ਜਲੰਧਰ ਦੀ ਜ਼ਿਮਨੀ ਚੋਣ ਆ ਭਗਵੰਤ ਮਾਨ ਦੇ ਸਿਆਸੀ ਭਵਿੱਖ ਨੂੰ ਜ਼ਰੂਰ ਜਿਹੜਾ ਆ ਉਹ ਨਿਰਧਾਰਤ ਕਰੂਗੀ ਕਿ ਉਹ ਮੁੱਖ ਮੰਤਰੀ ਕੁਰਸੀ ਤੇ ਰਹਿੰਦੇ ਆ ਜਾਂ ਨਹੀਂ ਰਹਿੰਦੇ। ਅੱਜ ਵੀ ਪ੍ਰਤਾਪ ਸਿੰਘ ਬਾਜਵਾ ਦਾ ਇਹ ਬਿਆਨ ਪੜ੍ਹਦਾ ਪਿਆ ਸਾਂ ਕਿ ਹਾਂ ਭਈ ਨਤੀਜੇ ਜੋ ਮਰਜ਼ੀ ਹੋਣ ਭਗਵੰਤ ਮਾਨ ਦੀ ਕੁਰਸੀ ਜਾਣਾ ਪਿਆ, ਹਾਲਾਂਕਿ ਚਲੋ ਇਹ ਇੱਕ ਬਿਆਨ ਸਿਆਸੀ ਆ, ਪਰ ਜਿਹੜੇ ਸਥਿਤੀਆਂ ਦੇ ਸਮੀਕਰਨ ਨੇ ਉਹ ਸਿੱਧੂ ਸਾਹਿਬ ਇਹੋ ਦੱਸਦੇ ਨੇ ਕਿ ਇਹ ਜਿਹੜੀ ਜ਼ਿਮਨੀ ਚੋਣ ਆ ਇਹ ਭਗਵੰਤ ਮਾਨ ਵਾਸਤੇ ਜ਼ਰੂਰ ਜਿਹੜੀ ਅਗਨੀ ਪ੍ਰੀਖਿਆ ਹੈਗੀ। ਜੀ ਚਲੋ ਅੱਛਾ, ਤੁਸੀਂ ਸਾਡਾ ਪ੍ਰੋਗਰਾਮ 'ਚ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਸਿੱਧੂ ਸਾਹਿਬ। ਪ੍ਰੋਫੈਸਰ ਮਨਜੀਤ ਸਿੰਘ ਅੰਕੀ ਸਾਹਿਬ ਜਿਹਨਾਂ ਦੇ ਵੱਲੋਂ ਇਹਨਾਂ ਅਹਿਮ ਖਬਰਾਂ ਤੋਂ ਚਰਨਾ ਗੱਲਬਾਤ ਕੀਤੀ ਗਈ। ਉਮੀਦ ਕਰਦੇ ਹਾਂ ਕਿ ਅੰਕੀ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ ਹੋਊ। ਦੁਬਾਰਾ ਫਿਰ ਮਿਲਾਂਗੇ, ਧੰਨਵਾਦ।